इस मोहन लाल प्यारे
चात्रिक जिमैत सदिया प्रभ स्यो मन लीना ज्यो जल मीना मेरा मन लोचे गुरदर्शन ताई मेरा मन लोचे गुरदर्शन गुरदर्शन बिलप करे चात्रिक की न्याय त्रिखा न उतरे दर्शन संत प्यारे जियो प्रभ स्यो मन लीना जो चात्रिक जिमैत सदिया जन नानक गुरपुरा पाया सगली
ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ। ਹੇ ਮੇਰੇ ਮਿੱਤਰ, ਇਹ ਮੇਰੇ ਸੱਜਣ, ਮੈਂ ਤੇਰੇ ਅੱਗੇ ਇੱਕ ਅਰਜ਼ੋਈ ਕਰਦਾ। ਕਿਹੜੀ? ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋ ਜਾਂਦੀ। ਮੈਂ ਉਸ ਮਨ ਨੂੰ ਮੋਹਣ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। ਮੈਂ ਗੱਲ ਕੀਤੀ ਸੀ ਇਸ ਜੀਵ ਰੂਪੀ ਇਸਤਰੀ ਦੀ, ਇਸ ਲਈ ਪਤੀ ਪਰਮੇਸ਼ਰ ਨੂੰ ਲੱਭਦੀ ਪਈ ਹਾਂ। ਉਹ ਬਹੁਤ ਦੂਰ ਹੈ। ਮੈਂ ਉਸ ਪਰਮਾਤਮਾ ਨੂੰ ਲੱਭਦੀ ਫਿਰਦੀ ਹਾਂ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ। ਮੈਨੂੰ ਉਸ ਪਿਆਰੇ ਦੀ ਦੱਸ ਪਾ ਕਿ ਉਹ ਕਿੱਥੇ ਹੈ, ਮੈਨੂੰ ਦੱਸ। ਮੈਂ ਉਸ ਅੱਗੇ ਆਪਣਾ ਸਿਰ ਲਾ ਕੇ ਰੱਖ ਦਿਆਂਗਾ ਜਿਹੜਾ ਮੈਨੂੰ ਉਸਦਾ ਰਾਹ ਦੱਸੇਗਾ। ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਤੇਰੀ ਜੈ। ਮੇਰੀਆਂ ਅੱਖਾਂ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੀਆਂ ਗਈਆਂ ਹਨ, ਉਸਦੇ ਨਾਮ ਦੇ ਰੰਗ ਦੇ ਵਿੱਚ, ਉਸਦੇ ਪ੍ਰੇਮ ਦੇ ਰੰਗ ਦੇ ਵਿੱਚ। ਉਸਦੇ ਦਰਸ਼ਨ ਤੋਂ ਬਿਨਾਂ ਮੈਨੂੰ ਰਤਾ ਜਨਾ ਵੀ ਚੈਨ ਨਹੀਂ ਹੈ। ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੇ ਨਾ ਧੀਰੀਜ ਹੈ। ਧਰੀਜ ਨਹੀਂ ਆਉਂਦਾ, ਸਬਰ ਨਹੀਂ ਆਉਂਦਾ ਇੱਕ ਤਿਲ ਵੀ। ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤੇ ਸੰਤੀ। ਮੇਰਾ ਮਨ
ਉਸ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ, ਮਸਤ ਹੈ। ਜਿਵੇਂ ਪਾਣੀ ਦੀ ਮੱਛੀ ਪਾਣੀ ਦੇ ਵਿੱਚ ਰਹਿ ਕੇ ਉਹ ਮਸਤ ਰਹਿੰਦੀ ਹੈ, ਅਸੀਂ ਇਸ ਸੰਸਾਰ ਦੇ ਵਿੱਚ ਜਦੋਂ ਰਹਿੰਦੇ ਹਾਂ ਅਸੀਂ ਮਸਤ ਰਹਿੰਦੇ ਹਾਂ। ਜਿਵੇਂ ਇੱਕ ਪਪੀਹੇ ਨੂੰ ਵਰਖਾ ਦੀ ਇੱਕ ਬੂੰਦ ਜਿਹੜੀ ਅੰਮ੍ਰਿਤ ਬੂੰਦ ਹੁੰਦੀ ਹੈ, ਉਸਦੀ ਪਿਆਸ ਲੱਗੀ ਰਹਿੰਦੀ ਹੈ, ਹਮੇਸ਼ਾ ਲੱਗੀ ਰਹਿੰਦੀ ਹੈ, ਉਸੇ ਤਰ੍ਹਾਂ ਮੈਨੂੰ ਉਸ ਵਾਹਿਗੁਰੂ ਦੀ ਪਿਆਸ, ਉਹਦੇ ਦਰਸ਼ਨਾਂ ਦੀ ਪਿਆਸ ਹਮੇਸ਼ਾ ਲੱਗੀ ਰਹਿੰਦੀ ਹੈ ਅਤੇ ਮੈਂ ਉਹਦੇ ਰੰਗ ਦੇ ਵਿੱਚ ਮਸਤ ਹਾਂ। ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿੱਖਾ ਬੁਝੰਤੀ ਆ। ਜਿਸ ਵਡਭਾਗੀ ਨੂੰ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜਦੋਂ ਕਿਰਪਾ ਹੋ ਜਾਂਦੀ ਹੈ, ਜਦੋਂ ਸਤਿਗੁਰ ਤਰਸ ਕਰਕੇ ਉਹਦੇ 'ਤੇ ਮਿਹਰ ਕਰਕੇ ਉਹਨੂੰ ਦਰਸ਼ਨਾਂ ਦੀ ਉਹਦੀ ਤਾਂਘ ਜਿਹੜੀ ਹੈ ਉਹ ਮਿਟਾ ਦਿੰਦੇ ਹਨ, ਤਾਂ ਅੰਦਰ ਦੀ ਜਿਹੜੀ ਪਿਆਸ ਹੈ ਉਹ ਹਮੇਸ਼ਾ ਲਈ ਬੁੱਝ ਜਾਂਦੀ ਹੈ। ਸਗਲੀ ਤਿੱਖਾ ਬੁਝੰਤੀ ਆ। ਜਨ ਨਾਨਕ ਗੁਰਪੂਰਾ, ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਗੁਰਪੂਰਾ ਪਾਇਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨਤੀ ਆ, ਤਿਸ ਮੋਹਨ ਲਾਲ ਪਿਆਰੇ ਹੋਂ ਖੋਜੰਤੀ ਆ। ਇਹ ਖੋਜ ਬਣੀ ਰਹਿਣੀ ਚਾਹੀਦੀ, ਇਹ ਬੈਰਾਗ ਬਣਿਆ ਰਹਿਣਾ ਚਾਹੀਦਾ, ਉਹ ਪਿਆਰ ਬਣਿਆ ਰਹਿਣਾ ਚਾਹੀਦਾ।